ਗੁਰਦੁਆਰਿਆਂ ਨੂੰ ਕੱਲ੍ਹ ਲਾਈਆਂ ਗਈਆਂ ਸੀ, ਖਰਾਬ ਨਸ਼ਟ ਕੀਤਾ ਗਿਆ ਸੀ। ਅੱਜ ਇਸ ਮਸਜਿਦ ਵਿੱਚ ਆ ਕੇ ਜਦ ਮੈਂ ਦੇਖਿਆ ਕਿ ਅੱਲਾਹ ਦੇ ਇਬਾਦਤ ਦੀ ਜਗ੍ਹਾ ਦੇ ਉੱਤੇ ਨੁਕਸਾਨ ਹੋ ਗਿਆ, ਭੰਨ ਤੋੜ ਹੋ ਗਈ ਹੈਗੀ, ਨਸ਼ਟ ਕੀਤਾ ਗਿਆ, ਅਤੇ ਅਸੀਂ ਆਪਣਾ ਫਰਜ਼ ਸਮਝਿਆ ਕਿ ਇਸ ਇਬਾਦਤ ਦੇ ਸਥਾਨ ਨੂੰ ਮੁਰੰਮਤ ਕਰਾ ਕੇ ਇਹਨਾਂ ਦੇ ਹਵਾਲੇ ਕਰਨਾ। ਇਹ ਔਰ ਇਹ ਵੀ ਮੈਂ ਕਹਾਂਗਾ, ਇਸ ਨੂੰ ਮੁਰੰਮਤ ਕਰਵਾਉਣ 'ਚ ਅਸੀਂ ਆਪਣੇ ਧੰਨਵਾਦ ਸਮਝੇ, ਆਪਣਾ ਫਰਜ਼ ਸਮਝਦੇ ਹੋਏ ਅਸੀਂ ਇਹ ਗੱਲ ਫੈਸਲਾ ਲਿਆ, ਔਰ ਇਹ ਫੈਸਲਾ ਇੱਥੇ ਹੀ ਲਿਆ। ਔਰ ਮੈਂ ਇਹਨਾਂ ਨੂੰ ਇਹਨਾਂ 'ਚ ਕਈ ਨੇ ਕਿਹਾ ਹਮੇ ਪਹਿਲੇ ਬਸਾਏ ਫਿਰ ਹਮ ਮਸਜਿਦ ਕੋ ਠੀਕ ਕਰਾਂਗੇ, ਬੰਦ ਕਰਨੇ ਆਏਗੇ। ਤੁਸੀਂ ਆਬਾਦ ਹੁੰਦੇ ਰਹੋਗੇ, ਪਰ ਮਸਜਿਦ ਆਬਾਦ ਹੋਣਾ ਬਹੁਤ ਛੇਤੀ ਬਹੁਤ ਜ਼ਰੂਰੀ ਹੈ, ਤਾਂ ਕਿ ਅੱਲਾਹ ਦੀ ਇਬਾਦਤ ਤੁਸੀਂ ਵਕਤ ਸਿਰ ਕਰ ਸਕੋ। ਤੁਹਾਡੇ ਘਰ ਨੁਕਸਾਨ, ਪਰ ਅੱਲਾਹ ਦੀ ਇਬਾਦਤ ਵਾਲੀ ਜਗ੍ਹਾ ਦੇ ਉੱਤੇ ਤੁਸੀਂ ਆਰਾਮ ਨਾਲ ਉਹਨੂੰ ਸਜਦਾ ਕਰ ਸਕੋ, ਇਹ ਸਾਡੀ ਖਾਸ ਹੈ। ਦੇਖੋ ਫੈਸਲਾ ਤੋਂ ਆਪਕਾ ਹੈ, ਹਮੇ ਤੋਂ ਆਪ ਕੱਲ ਕਹੋਗੇ ਪਰਸੋਂ ਕਹੋਗੇ ਹਮ ਸ਼ੁਰੂ ਕਰ ਦੇਂਗੇ। ਆਪ ਆਪਣੇ ਮਿਸਤਰੀ ਬੁਲਾ ਲਓ, ਵੋ ਜੋ ਸਮਾਨ ਕਹੇਂਗੇ ਹਮ ਭੇਜ ਦੇਂਗੇ। ਇੱਕ ਮੇਰੀ ਬਾਤ ਸੁਣੋ, ਯੇ ਅੱਲਾਹ ਕੀ ਇਬਾਦਤ ਕਾ ਸਥਾਨ ਠੀਕ ਕਰਾਨੇ ਕੇ ਲਿਏ ਸਰਕਾਰ ਕੀ ਜ਼ਰੂਰਤ ਨਹੀਂ ਹੈ, ਅੱਲਾਹ ਕੇ ਬੰਦੇ ਠੀਕ ਕਰੇ ਵੋ ਬੜਿਆ, ਨਾ ਦੇ ਨਾ ਨਾ ਦੇ। ਮੈਂ ਆਪਕੇ ਘਰੋਂ ਕੇ ਲਿਏ ਨਹੀਂ ਕਹਿ ਰਹਾ ਹੂੰ, ਪਰ ਅੱਲਾਹ ਕੀ ਜੋ ਇਬਾਦਤ ਅੱਲਾਹ ਕਾ ਸਥਾਨ ਹੈ ਜਹਾਂ ਸਜਦਾ ਕਰਤੇ ਹੋ, ਵੋ ਉਸਕੀ ਡਿਊਟੀ ਹਮੇ ਲਗਾਓ ਹਮ ਕਰਦੇ ਹੈਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।